ਸੋਸ਼ਲ ਮੀਡੀਆ ਸਟਾਰ ਬਣਨਾ ਬਹੁਤ ਹੀ ਔਖਾ ਹੁੰਦਾ ਹੈ ਕਿਉਂਕਿ ਕਈ ਵਾਰ ਇਨਬਾਕਸ ਵਿੱਚ ਕਮੈਂਟ ਹੀ ਅਜਿਹੇ ਹੁੰਦੇ ਹਨ ਜੋ ਕਿ ਰਾਹ ਬਦਲ ਦਿੰਦੇ ਨੇ ਜਾਂ ਫਿਰ ਘਰ ਵਾਲੇ ਜਾਂ ਫਿਰ ਰਿਸ਼ਤੇਦਾਰ ਅਜਿਹੇ ਸਵਾਲ ਖੜ੍ਹੇ ਕਰਦੇ ਹਨ ਕਿ ਰਾਹ ਛੱਡਣਾ ਪੈਂਦਾ ਅਜਿਹਾ ਹੀ ਇਸ ਧੀ ਦੇ ਨਾਲ ਹੋਇਆ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਮੰਝ ਵਿੱਚ ਰਹਿੰਦੀ ਹੈ ਅਤੇ ਪੁਲਿਸ ਮੁਲਾਜ਼ਮ ਦੀ ਬੇਟੀ ਹੈ ਪਰ ਬਾਪ ਨੇ ਕਦੇ ਬੇਟੀ ਨਹੀਂ ਸਮਝਿਆ ਰਿਸ਼ਤੇਦਾਰਾਂ ਨੇ ਜ਼ਰੂਰ ਗੱਲਾਂ ਕੀਤੀਆਂ ਸੀ ਪਰ ਧੀ ਦੇ ਬਾਪ ਨੇ ਰਿਸ਼ਤੇਦਾਰਾਂ ਦੀ ਪਰਵਾਹ ਨਾ ਕਰਦੇ ਹੋਏ ਧੀ ਨੂੰ ਕਦੇ ਨਹੀਂ ਰੋਕਿਆ ਭਾਵੇਂ ਰਿਸ਼ਤੇਦਾਰ ਛੱਡ ਦਿੱਤੇ ਅਤੇ ਧੀ ਨੇ ਵੀ ਉਹ ਕਰ ਦਿਖਾਇਆ ਜੋ ਬਾਪ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿਉਂਕਿ ਧੀ ਇੱਕ ਚੰਗੀ ਅਤੇ ਵਧੀਆ ਸੋਸ਼ਲ ਮੀਡੀਆ ਸਟਾਰ ਬਣ ਗਈ ਹੈ ਟਿਕਟੋਕ ਤੋਂ ਸਫ਼ਰ ਸ਼ੁਰੂ ਕੀਤਾ ਸੀ ਅਤੇ ਹੁਣ ਫਿਲਮਾਂ ਤੱਕ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਸੋਸ਼ਲ ਮੀਡੀਆ ਤੋਂ ਹੋ ਰਹੀ ਕਮਾਈ ਦੇ ਨਾਲ ਹੀ ਧੀ ਆਪਣਾ ਨਵਾਂ ਘਰ ਵੀ ਤਿਆਰ ਕਰਵਾ ਰਹੀ ਹੈ ਜੋ ਦੂਰੋਂ ਦੂਰੋਂ ਲੋਕ ਸੈਲਫੀ ਲੈਣ ਆਉਂਦੇ ਹਨ ਉਹ ਵੀ ਨਵਾਂ ਘਰ ਵੇਖ ਕੇ ਖੁਸ਼ ਹੋਣ ਕਿਉਂਕਿ ਉਹਨਾਂ ਦੇ ਪਿਆਰ ਦੇ ਨਾਲ ਹੀ ਇਹ ਸਭ ਕੁਝ ਹੋ ਰਿਹਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਨਿਕਿਤਾ ਸ਼ਰਮਾ ਆ ਅਤੇ ਕਈਆਂ ਲਈ ਮੈਂ ਨਿਕਿਤਾ ਬੀਬੀ ਇਕੱਤੀ ਨਾਮ ਨਾਲ ਵੀ ਜਾਣੀ ਜਾਂਦੀ ਹਾਂ ਪਹਿਲਾਂ ਮੈਂ ਟਿਕਟੋਕ 'ਤੇ ਸੀ ਉਸ ਅਸੀਂ ਸੋਚਿਆ ਕਿ ਕੁਝ ਅਲੱਗ ਕੀਤਾ ਜਾਵੇ ਜਿਹਦੇ ਨਾਲ ਸਾਨੂੰ ਪੂਰੀ ਦੁਨੀਆ ਜਾਣੇ ਫਿਰ ਅਸੀਂ ਸਿੱਧੂ ਮੂਸੇਵਾਲ ਦੀ ਸਪੋਰਟ ਕਰਦੇ ਸੀ ਮੈਨੂੰ ਆਪਣਾ ਉਸਤਾਦ ਮੰਨਦੀ ਹਾਂ ਅਤੇ ਇੱਕ ਆਪਣਾ ਵੀਰ ਵੀ ਮੰਨਦੀ ਹਾਂ ਫਿਰ ਹੌਲੀ ਹੌਲੀ ਮੈਂ ਉਹਨਾਂ ਦੀ ਸਪੋਰਟ ਕੀਤੀ ਉਸ ਟਾਈਮ 'ਤੇ ਕੋਂਟਰੋਵਰਸੀ ਬਹੁਤ ਚੱਲਦੀ ਸੀ ਫਿਰ ਲੋਕ ਸਾਨੂੰ ਪਸੰਦ ਕਰਨ ਲੱਗੇ ਉਹਨਾਂ ਦੇ ਫੈਨਸ ਮੈਨੂੰ ਵੀ ਫੈਨਸ ਆਪਣਾ ਮਤਲਬ ਉਸਤਾਦ ਮੰਨਣ ਲੱਗੇ ਕਈ ਅਤੇ ਮੈਨੂੰ ਵੀ ਬਹੁਤ ਸਪੋਰਟ ਕੀਤੀ ਮੈਂ ਉਹਨਾਂ ਦੀ ਸਪੋਰਟ 'ਚ ਗਾਣਾ ਵੀ ਕੱਢਿਆ ਥਾਪੀ ਵੱਜਦੀ ਕਿ ਜਿਨ੍ਹਾਂ ਨੂੰ ਲੋਕਾਂ ਨੇ ਮੈਨੂੰ ਬਹੁਤ ਹੀ ਸਪੋਰਟ ਕੀਤੀ ਉਹ ਗਾਣਾ ਸੁਣ ਕੇ ਅੱਜ ਉਹ ਗਾਣੇ ਨੂੰ 7 ਲੱਖ ਵਿਊ ਹੋ ਚੁੱਕਾ ਆ ਕਿਸ ਤਰ੍ਹਾਂ ਇਸ ਲਾਈਨ 'ਚ ਆਇਆ ਜਿਸ ਤਰ੍ਹਾਂ ਉਹਨਾਂ ਟਿਕਟੋਕ ਦੀ ਗੱਲ ਕੀਤੀ ਹੈ ਟਿਕਟੋਕ ਤੋਂ ਮੁਕਾਮ ਹਾਸਲ ਕੀਤਾ ਅੱਜ ਤੁਸੀਂ ਯੂਟਿਊਬ 'ਤੇ ਆ ਗਏ ਤਰ੍ਹਾਂ ਸ਼ੇਅਰ ਬੁਲੇ ਜਾਂਦੇ ਆ ਗਾਣੇ ਵੀ ਆ ਰਹੇ ਆ ਟਿਕਟੋਕ ਜਦੋਂ ਬੰਦ ਹੋ ਗਿਆ ਸਾਡੀ ਮਿਹਨਤ ਹਜੇ ਮਤਲਬ ਮਿਹਨਤ ਦਾ ਫਲ ਮਿਲਣਾ ਸਮਝ ਲਓ ਹਜੇ ਸ਼ੁਰੂ ਹੀ ਹੋਇਆ ਸੀ ਕਿ ਟਿਕਟੋਕ ਬੈਂਡ ਹੋ ਗਿਆ ਉਸ ਤੋਂ ਬਾਅਦ ਇੰਸਟਾਗ੍ਰਾਮ ਸੀ ਉਹ ਮੈਨੂੰ ਚਲਾਉਣਾ ਨਹੀਂ ਸੀ ਆਉਂਦਾ ਬ੍ਰਦਰ ਨੇ ਫਿਰ ਉਹ 'ਤੇ ਵੀ ਆਈ ਡੀ ਵਗੈਰਾ ਬਣਾਈ ਅਸੀਂ ਸ਼ੁਰੂ ਕੀਤਾ ਪਰ ਉਹਦੇ 'ਤੇ ਬਹੁਤ ਔਖਾ ਇੰਸਟਾਗ੍ਰਾਮ 'ਤੇ ਵੀ ਆਪਣੇ ਫੋਲੋਵਰਸ ਨੂੰ ਪਾਉਣਾ ਮੇਰੇ ਫੋਲੋਵਰਸ 7,000 'ਤੇ ਰੁਕ ਚੁੱਕੇ ਸੀ ਬਹੁਤ ਹੀ ਮਤਲਬ ਮੈਨੂੰ ਦੁੱਖ ਹੋ ਰਿਹਾ ਸੀ ਮੈਂ ਮਿਹਨਤ ਵੀ ਪੂਰੀ ਕਰ ਰਹੀ ਸੀ ਪਰ ਮੈਨੂੰ ਕੋਈ ਰਿਸਪੋਂਸ ਵੀ ਨਹੀਂ ਸੀ ਮਿਲ ਰਿਹਾ ਫਿਰ ਮੇਰੇ ਬ੍ਰਦਰ ਨੇ ਇੱਕ ਮੈਨੂੰ ਮਤਲਬ ਕਿਸੇ ਮੇਰੇ ਵੀਰ ਨੇ ਸ਼ਾਇਰੀ ਦਿੱਤੀ ਟੈਟੂਆਂ ਵਾਲੀ ਕੁੜੀਆਂ 'ਤੇ ਮੈਂ ਉਹਨਾਂ ਨੂੰ ਦੱਸਿਆ ਮੁੱਦਾ ਕਿ ਜਿੱਦਾਂ ਅੱਜ ਕੱਲ੍ਹ ਕੁੜੀਆਂ ਮਤਲਬ ਕਰ ਰਹੀਆਂ ਨੇ ਟੈਟੂਸ ਬਣਾ ਕੇ ਆਪਣੀ ਪਰਸਨਲ ਲਾਈਫ ਨੂੰ ਲੋਕਾਂ 'ਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਿਖਾ ਰਹੀਆਂ ਨੇ ਅਤੇ ਫਿਰ ਉਹਨਾਂ ਨੇ ਮੈਨੂੰ ਇੱਕ ਸ਼ਾਇਰੀ ਲਿਖ ਕੇ ਦਿੱਤੀ ਜੋ ਮੈਂ ਬੋਲੀ ਉਸ ਤੋਂ ਦੌਰਾਨ ਮੇਰੇ ਫੋਲੋਵਰਸ ਵਧਣੇ ਸ਼ੁਰੂ ਹੋਏ ਲੋਕ ਮੈਨੂੰ ਜਾਣਨ ਲੱਗੇ ਫਿਰ ਹਰਚਰਨ ਸਿੰਘ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਹਰਚਰਨ ਸਿੰਘ ਅਤੇ ਫਿਰ ਉਹਨਾਂ ਦੇ ਲਈ ਸ਼ਾਇਰੀ ਕੀਤੀ ਉਹ ਮੁੱਦਾ ਵੀ ਕਾਫੀ ਗਰਮ ਸੀ ਉਹ ਜਿਹੜਾ ਬਜ਼ੁਰਗ ਔਰਤਾਂ ਨੇ ਮੈਨੂੰ ਦੇਖਿਆ ਕਈ ਔਰਤ ਲੇਡੀਜ਼ ਕਈ ਫੈਮਿਲੀ 'ਚ ਵੇਖਣ ਵਾਲੀ ਸੀ ਵੀਡੀਓ ਸੀ ਉਹ ਅਤੇ ਸੋਸ਼ਲ ਮੀਡੀਆ 'ਤੇ ਉਹ ਵੀਡੀਓਜ਼ ਮੇਰੀ ਬਹੁਤ ਵਾਇਰਲ ਹੋਈ ਅਤੇ ਜਿਹਦੇ ਨਾਲ ਮੈਨੂੰ ਲੋਕ ਬਹੁਤ ਜਾਣਨ ਲੱਗੇ ਆ ਤੂੰ ਕਿਹੜੇ ਸ਼ਹਿਰ ਦਾ ਬਦਮਾਸ਼ ਆ ਕਾਕਾ ਤੇਰੇ ਨਾਲ ਵੀ ਖਹਿ ਜਾਂਗੇ ਆ ਗੁਰਦਾਸਪੁਰੀਏ ਹੁੰਨੇ ਆ ਮਾਮਾ ਗੁੱਟ ਨਾਲ ਬਣ ਕੇ ਲੈ ਜਾਂਗੇ ਇੱਕ ਤੁਸੀਂ ਜ਼ਿਆਦਾ ਫੇਮਸ ਹੋਏ ਡਰਾਈਵਰਾਂ ਦੇ ਜਾਂ ਇੱਕ ਲੜਕੀਆਂ ਦੇ ਉੱਤੇ ਮੁੰਡੇ ਹੈ ਚੱਲੇ ਲੋ ਹਾਂਜੀ ਜਿਹੜੀਆਂ ਕੁੜੀਆਂ ਟੈਟੂਜ਼ ਵਗੈਰਾ ਬਣਾਉਂਦੀਆਂ ਨੇ ਉਹਨਾਂ ਲਈ ਸ਼ਾਇਰੀ ਬੋਲੀ ਸੀ ਕਿ ਆ ਡਾਂਸਰਾਂ ਬਣ ਕੇ ਨੱਚਦੀਆਂ ਨੇ ਅਤੇ ਟੈਲੈਂਟ ਦੱਸਦੇ ਮਾਪੇ ਆ ਆ ਜਿਹੜੀਆਂ ਕਦੇ ਮੂੰਹ ਦਿਖਾਉਣ ਤੋਂ ਡਰਦੀਆਂ ਸੀ ਆ ਅੱਜ ਜਿੱਥੇ ਕੁਝ ਨਹੀਂ ਦਿਖਾਉਣਾ ਅੱਜ ਉੱਥੇ ਵੀ ਇਹਨਾਂ ਨੇ ਟੈਟੂ ਛਾਪੇ ਆ ਮੇਰੀ ਬੇਟੀ ਵਧੀਆ ਕਰ ਰਹੀ ਆ ਬਾਕੀ ਬਟ ਕੁਛ ਰਿਸ਼ਤੇਦਾਰ ਹੈਗੇ ਸੀ ਜੇ ਕਹਿੰਦੇ ਵੀ ਕੁੜੀ ਹੋ ਕੇ ਕੀ ਕਰਦੀ ਆ ਚਲੋ ਉਹ ਆਪਾਂ ਉਹਨਾਂ ਦੀ ਸੋਚਣ ਸਕਤੀ ਆ ਬਾਕੀ ਬੇਟੀ ਆਪਾਂ ਵਧੀਆ ਕਰੇ ਕੋਈ ਮਾੜਾ ਤਾਂ ਕਰ ਹੀ ਨਹੀਂ ਦੇ ਅਤੇ ਬਾਕੀ ਉਹਨਾਂ ਦੀ ਸੋਚਣ ਸਕਤੀ ਆ ਵਧੀਆ ਕਰਦੀ ਵੀ ਬੇਟੀ ਅਤੇ ਸਾਨੂੰ ਵਧੀਆ ਲੱਗਦਾ ਵਾ ਆਪਾਂ ਬੇਟੀ ਦੀ ਫੁੱਲ ਸਪੋਰਟ ਕਰਦੇ ਹਾਂ ਅਤੇ ਕਰਦੇ ਰਹਾਂਗੇ ਦਿਲ ਤੋਂ ਹਾਂਜੀ ਮੈਂ ਲਿਖਦਾ ਵਾਂ ਬੇਟਾ ਲਿਖਦਾ ਵਾ ਬਾਕੀ ਜਦੋਂ ਮੈਂ ਫਰੀ ਮਾਇੰਡ ਹੁੰਦਾ ਫਿਰ ਮੈਂ ਲਿਖ ਕੇ ਦਿੰਦਾ ਵਧੀਆ ਵਧੀਆ ਚੀਜ਼ਾਂ ਲਿਖ ਕੇ ਦਿੰਦਾ ਜਿਹੜੀ ਅੱਜ ਕੱਲ੍ਹ ਦੀ ਸੱਚਾਈ ਆ ਕਈਆਂ ਨੂੰ ਕੌੜੀ ਲੱਗਦੀ ਆ ਬਾਕੀ 100 ਚੋਂ 5% ਜਿਹੜੇ ਬੰਦੇ ਆ ਜਿਹਨਾਂ ਨੂੰ ਕੌੜੀ ਲੱਗਦੀ ਆ ਕਿਉਂ ਉਹ ਖੁਦ ਗਲਤ ਨੇ ਅਤੇ ਗਲਤ ਕਮੈਂਟ ਕਰਦੇ ਆ ਅਤੇ ਜਦੋਂ ਉਹ ਗਲਤ ਕਮੈਂਟ ਕਰਦੇ ਆ ਨਾ ਉਹਨਾਂ ਦੇ ਗਲਤ ਕਮੈਂਟ ਕਰਕੇ ਆਪਾਂ ਹੋਰ ਲਿਖਦੇ ਹਾਂ ਸਾਡੇ ਹੌਂਸਲੇ ਬੁਲੰਦ ਹੁੰਦੇ ਆ ਹਾਂਜੀ ਹਾਂਜੀ ਛੱਡਤਾ ਤਾਂ ਕੋਈ ਗੱਲ ਨਹੀਂ ਆਪਾਂ ਰਿਸ਼ਤੇਦਾਰੀ ਆਪਾਂ ਸਿੱਧੇ ਕਹਿੰਦੇ ਹਾਂ ਜਿਹੜੇ ਜਿਹਨਾਂ ਛੱਡਤਾ ਵਾ ਅੱਜ ਛੱਡਿਆ ਵਾ ਕੱਲ੍ਹ ਨਹੀਂ ਸਾਲ ਨੂੰ ਉਹਨਾਂ ਹੀ ਮਿਲਣਾ ਵਾ ਵੀ ਉਹਨਾਂ ਹੀ ਮਿਲਣਾ ਵਾ ਤਾਂ ਕੋਈ ਗੱਲ ਨਹੀਂ ਛੱਡਤਾ ਵਾ ਅਤੇ ਅਸੀਂ ਕਹਿੰਦੇ ਹਾਂ ਵੀ ਤੁਸੀਂ ਆਪਣੇ ਘਰ ਹੱਸੋ ਖੇਡੋ ਅਸੀਂ ਆਪਣੇ ਘਰ ਆ ਜੀ ਤੁਸੀਂ ਆਪਣੇ ਘਰ ਆ ਜੀ ਆਵਾਜ਼ ਕੰਮ ਟੀਵੀ ਲਈ ਗੁਰਦਾਸਪੁਰ ਤੋਂ ਲੱਕੀ ਬਟਾਲਾ ਦੀ ਰਿਪੋਰਟ